High Court lawyer Harpreet Sandhu's work on symbols of Sikh faith dedicated to the commemorating 550th Prakash Purab of Guru Nanak Dev has been acknowledged by Sri Guru Granth Sahib World University and at Gurudwara Fatehgarh Sahib. Here is the detailed report. Vaheguru Ji ka khalsa, Vaheguru Ji ki fateh. ਸਾਡੇ ਪੰਜਾਬ ਸੂਬੇ ਦੇ ਸਾਰੋਂ ਵੱਡੇ ਇਤਿਹਾਸਿਕ ਸ਼ਹਿਰ ਫਤਿਹਗੜ੍ਹ ਸਾਹਿਬ ਵਿਖੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਅੱਜ ਜੋ ਕਾਰਜ 2019 ਵਿੱਚ ਗੁਰਦੁਆਰਾ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਗੁਰਦੁਆਰਾ ਸਾਹਿਬ ਸ੍ਰੀ ਤਰਨ ਤਾਰਨ ਸਾਹਿਬ ਦਾ ਜੋ ਕਾਰਜ ਇੱਕ 2019 ਕੈਲੰਡਰ ਦੇ ਰੂਪ ਵਿੱਚ ਬਣਾਇਆ ਹੈ ਅੱਜ ਗੁਰਦੁਆਰੇ ਵਿੱਚ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਇਸ ਕੈਲੰਡਰ ਨੂੰ ਇੱਥੇ ਦੀ ਮੈਨੇਜਮੈਂਟ ਨੂੰ ਅਸੀਂ ਇਹ ਸੌਂਪਦੇ ਹਾਂ ਔਰ ਸੱਚੇ ਪਾਤਸ਼ਾਹ ਵਾਹਿਗੁਰੂ ਕੋਲ ਇਹੀ ਅਰਦਾਸ ਕਰਦੇ ਹਾਂ ਕਿ ਇਹ ਸੱਚੇ ਪਾਤਸ਼ਾਹ ਸਾਡੀ ਅੱਛੀ ਮਤ ਬਖਸ਼ਣੀ ਸਮਤ ਬਖਸ਼ਣੀ ਕਿ ਅਸੀਂ ਜੋ ਸਾਡੇ 10 ਗੁਰੂ ਸਾਹਿਬਾਨ ਬਾਣੀ ਦਾ ਅਤੇ ਹੋਰ ਪ੍ਰੀਚਿੰਗਸ ਦਾ ਇੱਕ ਬਹੁਤ ਵੱਡਾ ਮਹੱਤਵਪੂਰਨ ਖਜ਼ਾਨਾ ਸਾਡੀ ਸਿੱਖ ਕੌਮ ਨੂੰ ਦੇ ਗਏ ਹਨ ਅਸੀਂ ਉਸ ਪ੍ਰੇਰਣਾ 'ਤੇ ਚੱਲੀਏ ਅਤੇ ਖਾਸ ਕਰਕੇ ਅਰਦਾਸ ਕਰਦੇ ਹਾਂ ਕਿ ਸਾਡੇ ਪੰਜਾਬ ਸੂਬੇ ਨੂੰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦਾ ਮੁੱਖ ਸੇਵਾਦਾਰ ਹੋਣ ਕਰਕੇ ਪੰਜਾਬ ਟੂਡੇ ਜੀ ਵੱਲੋਂ ਹਰਪ੍ਰੀਤ ਸਿੰਘ ਜੀ ਐਡਵੋਕੇਟ ਸਾਹਿਬ ਆਪਣੀ ਟੀਮ ਦਾ ਨਤਮਸਤਕ ਹੋਣ ਵਾਸਤੇ ਸ਼ਹੀਦਾਂ ਦੀ ਪਾਵਨ ਧਰਤੀ 'ਤੇ ਪਹੁੰਚੇ ਨੇ ਅਤੇ ਬਹੁਤ ਮੈਂ ਇਹਨਾਂ ਦਾ ਇੱਥੇ ਆਉਣ ਦੀ ਜੀਆਂ ਕਹਿੰਦਾ ਅਤੇ ਨਾਲ ਦੀ ਨਾਲ ਜੋ ਇਹਨਾਂ ਦੇ ਕੈਲੰਡਰ 2019 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ 550 ਸਾਲਾਂ ਨੂੰ ਸਮਰਪਿਤ ਕਰਕੇ ਸੰਗਤਾਂ ਨੂੰ ਭੇਟ ਕੀਤਾ ਪਹਿਲਾਂ ਇਹ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਜੀ ਵੱਲੋਂ ਜਾਰੀ ਕਰ ਚੁੱਕੇ ਨੇ ਅਤੇ ਅੱਜ ਫਤਿਹਗੜ੍ਹ ਸਾਹਿਬ ਆਏ ਨੇ ਸੋ ਮੈਂ ਇਹਨਾਂ ਨੂੰ ਇਸ ਜੋ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਨੇ ਅਪੀਲ ਕੀਤਾ ਕਿ ਅੱਜ ਫਤਿਹਗੜ੍ਹ ਸਾਹਿਬ ਜੀ ਆ ਕੇ ਇਹ ਇਸ ਧਰਤੀ 'ਤੇ ਪਹੁੰਚ ਕੇ ਇੱਥੇ ਆਪਣੇ ਵੱਲੋਂ ਤਾਂ ਆਪਣੇ ਪੰਜਾਬ ਟੂਡੇ ਵੱਲੋਂ ਆਪਣੇ ਸਾਥੀਆਂ ਸਮੇਤ ਇੱਥੇ ਪਹੁੰਚੇ ਨੇ ਅਸੀਂ ਇਹਨਾਂ ਦਾ ਰੋਮ ਰੋਮ ਕਰਕੇ ਰਹੀ ਹਾਂ ਅਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧੀਆ ਸੇਵਾਵਾਂ ਜੋ ਗੁਰੂ ਕਰਦੇ ਹਨ ਉਹ ਕਰਦੇ ਰਹਿਣਗੇ ਅਤੇ ਚੰਗਾ ਪ੍ਰਚਾਰ ਅਤੇ ਪ੍ਰਸਾਰ ਜੋ ਸਿੱਖੀ ਦੇ ਧਰਮ ਦੇ ਅਸੂਲ ਨੇ ਉਹਨਾਂ 'ਤੇ ਪਹਿਰਾ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਆ ਸਵੇਰੇ 5:07 'ਤੇ ਜਿਹੜੀ ਫੋਟੋਗ੍ਰਾਫ ਜਦੋਂ ਪ੍ਰਕਾਸ਼ ਹੁੰਦਾ ਪ੍ਰਕਾਸ਼ ਮਿਲੇ ਜੀ ਦੈਨ ਕੋਜ਼ਵੇ ਲਕੀਲੀ ਆਹ ਉੱਪਰੋਂ ਰਿਮੂਵ ਕੀਤਾ ਸੀ ਅਤੇ ਇੱਧਰੋਂ ਉੱਪਰੋਂ ਜਾ ਕੇ ਫਿਰ ਦੂਸਰੇ ਪਾਸੇ ਤੋਂ ਠੀਕ ਹੈ ਦਰਬਾਰ ਸਾਹਿਬ ਤੋਂ